ओंकार तुम ही हो, सब शब्द का सार तुम ही हो, धरती अंबर आधार तुम ही हो, जिसने जपी शिव नाम की माला उसके दर से मौत डली। ਧਰਮਾਂ ਤੋਂ ਉੱਪਰ ਉੱਠ ਕੇ ਇੱਕ ਆਪਸੀ ਭਾਈਚਾਰੇ ਨੂੰ ਕਾਇਮ ਕਰਕੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਹਰ ਪ੍ਰੋਗਰਾਮ ਨੂੰ ਆਪਣਾ ਸਮਝਦੇ ਹੋਏ ਮਨਾਉਂਦੇ ਰਹਿਣ, ਔਰ ਇਸੇ ਤਰ੍ਹਾਂ ਹੀ ਖੁਸ਼ੀਆਂ ਭਰੇ ਦਿਹਾੜੇ ਜਿਹੜੇ ਅਸੀਂ ਰਲ ਕੇ ਕਰਦੇ ਹਾਂ। ਮੈਂ ਇੱਕ ਵਾਰ ਫਿਰ ਸਮੁੱਚੇ ਪੰਜਾਬੀਆਂ ਨੂੰ, ਖਾਸ ਕਰ ਗੁਰਦਾਸਪੁਰੀਆਂ ਨੂੰ ਇਹ ਸ਼ੁਭ ਦਿਹਾੜੇ 'ਤੇ ਮੈਂ ਮੁਬਾਰਕਬਾਦ ਦਿੰਦਾ। ਅੱਜ ਭੋਲੇਨਾਥ ਦੇ ਜਿਹੜਾ ਮਹਾਸ਼ਿਵਰਾਤਰੀ ਦਾ ਜਿਹੜਾ ਪਰਵ ਹੁੰਦਾ ਹੈ ਉਹਦੇ ਉਪਲਕਸ਼ ਵਿੱਚ ਕੁਝ ਇੰਨੀ ਖੁਸ਼ੀ ਹੋ ਰਹੀ, ਮੇਰੇ ਕੋਲ ਬੋਲਿਆ ਵੀ ਨਹੀਂ ਜਾ ਰਿਹਾ। ਉਹਦੇ ਉਪਲੱਖ ਵਿੱਚ ਅੱਜ ਸ਼ੋਭਾ ਯਾਤਰਾ ਗੁਰਦਾਸਪੁਰ ਵਿੱਚ ਕੱਢੀ ਜਾ ਰਹੀ ਹੈ, ਜਿਹਦੇ ਵਿੱਚ ਸਾਡੇ ਬੜੇ ਅੱਛੇ ਸਾਡੇ ਗੁਰਦਾਸਪੁਰ ਦੇ ਵਿਧਾਇਕ ਸਾਫ਼ ਸੁਥਰੀ ਛਵੀ ਵਾਲੇ ਜਿਹੜੇ ਹੈ ਸੁਰਿੰਦਰਵੀਰ ਪਾੜਾ ਜੀ, ਉਹ ਸਾਡੇ ਕੋਲ ਆਏ ਨੇ। ਆਪਣੇ ਪਾਪਾ ਜੀ ਸਾਡੇ ਆਏ ਨੇ ਜਿਨ੍ਹਾਂ ਦੇ ਆਸ਼ੀਰਵਾਦ ਨਾਲ ਅਸੀਂ ਇੱਥੋਂ ਤੱਕ ਪਹੁੰਚੇ ਹਾਂ, ਔਰ ਸ਼ਹਿਰ ਦੇ ਜਿਹੜੇ ਗਣਮਾਨੇ ਵਿਅਕਤੀ ਨੇ, ਈਵਨ ਦੈਨ ਮੈਂ ਕਹਿ ਸਕਦਾ ਕਿ ਜਲੰਧਰ ਤੋਂ, ਅੰਮ੍ਰਿਤਸਰ ਤੋਂ, ਦਿੱਲੀ ਤੋਂ ਵੀ ਲੋਕ ਇੱਥੇ ਆਏ ਹੋਏ ਨੇ, ਔਰ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ। ਗੁਰਦਾਸਪੁਰ ਦੇ ਵਿੱਚ ਅੱਜ ਸਾਡਾ ਗੁਰਦਾਸਪੁਰ ਸਨਾਤਨੀ ਹੋ ਗਿਆ, ਔਰ ਇੰਨਾ ਕੁ ਮਜ਼ਾ ਆ ਰਿਹਾ ਕਿ ਪੂਰਾ ਜਿਹੜਾ ਗੁਰਦਾਸਪੁਰ ਆ ਖਿਲ ਉੱਠਿਆ। ਔਰ ਮੈਂ ਇੰਨਾ ਕਹਿ ਸਕਦਾ ਕਿ ਜਿਹੜੇ ਸਾਡੇ ਪ੍ਰਧਾਨ ਜੀ ਆਏ ਨੇ, ਸਾਡੇ ਵਿਧਾਇਕ ਸਾਹਿਬ ਆਏ ਨੇ, ਉਹਨਾਂ ਦੇ ਰੰਜੂ ਭਾਈ ਸਾਡੇ ਚੇਅਰਮੈਨ ਸਾਹਿਬ ਆਏ ਨੇ, ਇਹਨਾਂ ਦੇ ਆਉਣ ਨਾਲ ਜਿਹੜੀਆਂ ਸਾਡੀਆਂ ਖੁਸ਼ੀਆਂ ਸੀਗੀਆਂ ਉਹ ਡਬਲ ਹੋ ਗਈਆਂ। ਮੈਂ ਧੰਨਵਾਦ ਕਰਦਾ ਇਹਨਾਂ ਦੇ ਜਿਹੜਾ ਆਪਣਾ ਕੀਮਤੀ ਸਮੇਂ ਕੱਢ ਕੇ ਸਾਡੇ ਵਿੱਚ ਆ ਕੇ ਸਾਡੀ ਖੁਸ਼ੀ ਨੂੰ ਜੋ ਹੈ ਉਹ ਡਬਲ ਕਰ ਦਿੱਤਾ। ਧੰਨਵਾਦ।